ਸਾਡਾ ਘਰੋਂ ਜੀ ਚੱਲ ਗਿਆ, ਹੁਣ ਰੋਡ ਜਾਮ ਹੋਏ ਕੋਲ ਨਹੀਂ। ਰੋਂਦਾ ਗੁਰਲਾਉਂਦਾ ਤੇ ਹੰਗਾਮਾ ਕਰਦਾ ਉਹ ਪਰਿਵਾਰ ਹੈ ਜਿਨ੍ਹਾਂ ਦੇ ਘਰ ਵਿੱਚ ਇੱਕ ਔਰਤ ਦੀ ਸੜਕੀ ਹਾਦਸੇ ਚ ਦਰਦਨਾਕ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਸੜਕ ਵਿਚਾਲੇ ਹੰਗਾਮਾ ਕੀਤਾ ਗਿਆ। ਦਰਅਸਲ ਇਸ ਹਾਦਸੇ ਦੇ ਵਿੱਚ ਇੱਕ ਮਾਂ ਤੇ ਧੀ ਜੋ ਸਕੂਟੀ ਤੇ ਸਵਾਰ ਹੋ ਕੇ ਜਾ ਰਹੇ ਸਨ, ਉਹਨਾਂ ਦੇ ਵਿੱਚੋਂ ਮਾਂ ਦੀ ਮੌਤ ਹੋ ਗਈ ਹੈ। ਜਦੋਂ ਇਹ ਮਾਵਾਂ ਧੀਆਂ ਸਕੂਟੀ ਤੇ ਸਵਾਰ ਹੋ ਬਾਜ਼ਾਰ ਜਾ ਰਹੀਆਂ ਸਨ, ਧੀ ਸਕੂਟੀ ਚਲਾ ਰਹੀ ਸੀ ਤੇ ਮਾਂ ਸਕੂਟੀ ਦੇ ਪਿੱਛੇ ਬੈਠੀ ਹੋਈ ਸੀ। ਸਾਹਮਣੇ ਆਈ ਤੇਜ਼ ਰਫ਼ਤਾਰ ਕਾਰ ਪਹਿਲਾਂ ਤਾਂ ਸਕੂਟੀ ਨੂੰ ਫੇਡ ਮਾਰਦੀ ਹੈ, ਜਿਸ ਕਰਕੇ ਦੋਵੇਂ ਮਾਵਾਂ ਧੀਆਂ ਸੜਕ ਤੇ ਡਿੱਗ ਜਾਂਦੀਆਂ ਨੇ ਤੇ ਫਿਰ ਇਹੀ ਤੇਜ਼ ਰਫ਼ਤਾਰ ਕਾਰ ਇਸ ਮਾਂ ਨੂੰ ਦਰੜਦੀ ਹੋਈ ਉੱਥੋਂ ਫਰਾਰ ਹੋ ਜਾਂਦੀ ਹੈ, ਜਿਸ ਕਰਕੇ ਔਰਤ ਦੀ ਤਾਂ ਥਾਂ ਮੌਤ ਹੋ ਜਾਂਦੀ ਹੈ, ਜਦਕਿ ਉਸਦੀ ਧੀ ਜ਼ਖਮੀ ਹੋ ਜਾਂਦੀ ਹੈ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਾਮਲਾ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਦੇ ਪਿੰਡ ਟੱਪਰੀਆਂ ਮੋੜ ਤੋਂ ਸਾਹਮਣੇ ਆਇਆ ਹੈ, ਜਿੱਥੇ 42 ਸਾਲਾਂ ਗੁਰਮੀਤ ਕੌਰ ਆਪਣੀ ਧੀ ਦੇ ਨਾਲ ਸਕੂਟੀ ਤੇ ਜਾ ਰਹੀ ਸੀ। ਧੀ ਸਕੂਟੀ ਚਲਾ ਰਹੀ ਸੀ ਤੇ ਇਹ ਮਾਂ ਪਿੱਛੇ ਬੈਠੀ ਹੋਈ ਸੀ। ਸਾਹਮਣੇ ਆਈ ਤੇਜ਼ ਰਫ਼ਤਾਰ ਕਾਰ ਨੇ ਇਸ ਸਕੂਟੀ ਨੂੰ ਪਹਿਲਾਂ ਤਾਂ ਫੇਡ ਮਾਰੀ, ਜਿਸ ਕਰਕੇ ਮਾਵਾਂ ਧੀਆਂ ਸੜਕ ਤੇ ਡਿੱਗੀਆਂ ਤੇ ਫਿਰ ਇਸੇ ਹੀ ਕਾਰ ਚਾਲਕ ਨੇ ਇਸ ਮਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ ਤੇ ਉੱਥੋਂ ਫਰਾਰ ਹੋ ਗਿਆ। ਪਰਿਵਾਰ ਦੇ ਵੱਲੋਂ ਹੰਗਾਮਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਇਲਜ਼ਾਮ ਨੇ ਕਿ ਪੁਲਿਸ ਦੇ ਵੱਲੋਂ 3 ਘੰਟੇ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ, ਨਾ ਹੀ ਕਾਰ ਚਾਲਕ ਦੇ ਖਿਲਾਫ ਕੋਈ ਮਾਮਲਾ ਦਰਜ ਕੀਤਾ ਹੈ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਵਰਦੇ ਮੀਂਹ ਦੇ ਵਿੱਚ ਲਾਸ਼ ਰੱਖ ਕੇ ਹੰਗਾਮਾ ਕੀਤਾ ਗਿਆ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ। ਪੁਲਿਸ ਵਾਲੇ ਆਏ ਸੀ ਤੇ ਹੁਣ ਮੌਕਾ ਵੇਖਣ ਗਏ ਆ ਤੇ ਕੋਈ ਹਲੇ ਕਾਰਵਾਈ ਅਜੇ ਨਹੀਂ। ਪੁਲਿਸ ਵਾਲੇ ਵੀ ਉਹੀ ਆ ਜਿਹੜੇ ਫਿਰ ਨਾ ਦੂਜੀ ਪੁਲਿਸ ਕੋਈ ਨਹੀਂ ਆਈ, ਕੋਈ ਨਹੀਂ ਆਇਆ ਜੀ, ਕਾਰਵਾਈ ਨਹੀਂ ਜੇ ਕੋਈ। ਡੇਢ ਘੰਟਾ ਹੋ ਗਿਆ ਜੀ, ਡੇਢ ਘੰਟਾ ਹੋ ਗਿਆ ਜੀ, ਅਬ ਘੰਟਾ ਭਾਜੀ ਹੋ ਗਿਆ ਜੀ। ਮੇਰੇ ਪਿੰਡ ਫੋਨ ਗਿਆ ਸੀ ਪਿੰਡਾਂ ਤੇਰੇ ਗੁਆਂਢੀ ਜਿਹੜੇ ਨੇ ਇਹ ਐਕਸੀਡੈਂਟ ਹੋ ਗਏ ਤੇ ਨਾ ਡੈਥ ਹੋ ਗਈ ਆ, ਡੇਢ ਘੰਟਾ ਹੋ ਗਿਆ ਪੁਲਿਸ ਕਾਰਵਾਈ ਨੂੰ ਰਹੇ ਆ ਕਰਨ, ਕਿਸੇ ਨੇ ਕੋਈ ਪੁਲਿਸ ਕਾਰਵਾਈ ਨਹੀਂ, ਕੋਈ ਅਜੇ ਤੱਕ ਐਂਬੂਲੈਂਸ ਨਹੀਂ, ਕੋਈ ਸੁਣਾਈ ਨਹੀਂ ਹੈਗੇ ਮਹਾਜਨ ਹੋਸਪਿਟਲ ਦੇ ਵਿੱਚ ਰਹੇ ਆ ਘੱਲਦਾ ਹੁਣ ਆਹ ਗੱਲਬਾਤ ਆ ਵਾ। ਕੁੜੀ ਨਾਲ ਹੀ ਨੂੰ ਮੌਕੇ ਦਾ ਸਾਰਾ ਪਤਾ ਹੈਗਾ ਤੇ ਇਹਦਾ ਨੇ ਵਿਚਾਰੇ ਦਾ ਘੱਲਦਾ ਜਿਹੜਾ ਨਾ ਬਿਲਕੁਲ ਦੀਵਾ ਪੂਜਣ ਵਾਲੀ ਗੱਲ ਹੋ ਗਈ ਜੀ। ਇੱਕ ਲੱਤਾਂ ਤੋਂ ਆ ਰਹੀ ਜੀ ਇਹਦਾ ਭਰਾ, ਉਹ ਘਰ ਬੈਠਾ ਜੇ ਤੇ ਇਹ ਵਿਚਾਰੀ ਨੇ ਧੀ ਜਵਾਈ ਆਹ ਧੀ ਤੇ ਆਹ ਜਵਾਈ ਨੂੰ ਪੁੱਤ ਬਣਾਇਆ ਇਹਨੂੰ ਤੇ ਇਹਨਾਂ ਦੇ ਸਿਰ 'ਤੇ ਘਰ ਦੀਵਾ ਪੁੱਜ ਗਿਆ ਜੀ ਇਹ ਘੱਲਦਾ ਤਾਂ ਗੱਡੀ ਨੰਬਰ ਆ ਵੀਰ ਨੂੰ ਹੁਣੇ ਲਿਖਾ ਕੇ ਗਿਆ ਜੀ। ਭਾਜੀ 2-3 ਘੰਟੇ ਹੋ ਗਏ ਉਹਨੂੰ ਬੈਠਾ ਨੇ ਇੱਥੇ, ਮੈਂ ਅੰਮ੍ਰਿਤਸਰ ਚੱਲ ਕੇ ਵੀ ਆ ਗਿਆ, ਕੋਈ ਸੁਣਵਾਈ ਨਹੀਂ ਹੋਣੀ, ਉਹ ਸਾਡੇ ਇੱਥੇ ਆਏ ਨੇ ਚਲ ਗਏ ਨੇ, ਉਹ ਕਦੀ ਕਹਿੰਦੇ ਨੇ ਘਣੀ ਵਾਲਿਆਂ 'ਚ ਪੈਂਦਾ, ਕਦੀ ਕਹਿੰਦੇ ਫਤਿਹਗੜ੍ਹ 'ਚ ਪੈਂਦਾ ਵਾ, ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਕਰਦੇ ਆ। ਕੀ ਲੱਗਦੇ ਤੁਹਾਡੇ? ਮੇਰੀ ਕਰੋਨਾ ਹੀ ਆ ਦਾ ਪਤਾ ਲੱਗਾ ਸੀ, ਬਟਾਲ ਉੱਥੇ ਐਕਸੀਡੈਂਟ ਹੋਇਆ, ਉੱਥੇ ਮੌਕੇ 'ਤੇ ਪਹੁੰਚੇ ਹਾਂ ਅਤੇ ਮੌਕੇ 'ਤੇ ਆ ਕੇ ਵੇਖਿਆ ਅਤੇ ਨਿਆਣੀ ਡੈਥ ਹੋ ਗਈ ਆ, ਜਿਹੜੀ ਬਣਦੀ ਕਾਰਵਾਈ ਆ ਉਹ ਲੱਗੇ ਕਾਰਵਾਈ ਕੀਤੀ ਜਾਂਦੀ ਆ ਬਾਕੀ।